ਨਹੀਂ ਦੇਖੇ ਲਾ ਹੈ ਨਹੀਂ ਦੇਖੇ ਤੇਰੇ ਨਹੀਂ ਹੋਣਗੇ ਸਾਡੇ ਤੇ ਹੈਗੇ ਨਹੀਂ ਨਹੀਂ ਹੈ ਨਹੀਂ ਕੰਮ ਤਾਂ ਅੱਜ ਕੱਲ੍ਹ ਆਉਂਦਾ ਨਹੀਂ ਕੰਮ ਥੋੜ੍ਹਾ ਆਉਂਦਾ ਕੰਮ ਨਹੀਂ ਤੁਹਾਡੇ ਆਪਣੇ ਵਰਕਰਸ ਰੱਖੇ ਹੋਏ ਤੁਸੀਂ ਤੁਹਾਡੇ ਆਪਣੇ ਵਰਕਰਸ ਰੱਖੇ ਹੋਏ ਕਿਤੇ ਦੁਕਾਨ ਦੇ ਨਹੀਂ ਮੈਂ ਦੇਖਿਆ ਨੀ ਕਿਹੜੇ ਵਰਕਰਸ ਇਹ ਨਹੀਂ ਆ ਨਹੀਂ ਨਹੀਂ ਦੇਸ਼ ਨੂੰ ਦੇਸ਼ ਨੂੰ ਨਹੀਂ ਗਏ ਤੁਸੀਂ ਦੇਸ਼ ਨੂੰ ਨਹੀਂ ਗਏ ਹਾਂ ਚੱਲ ਜਾਂਦੇ ਤਾਂ ਤੁਹਾਡਾ ਪਿੰਡ ਕਿੱਥੇ ਆ ਜੀ ਹਾਂ ਨਹੀਂ ਮੈਂ ਦੇਖਣਾ ਉਸ ਟਾਈਮ ਹਾਂ ਤੁਸੀਂ ਮੈਨੂੰ ਦੱਸੋ ਮੈਂ ਲੈ ਜੂਗਾ ਤੁਹਾਨੂੰ ਤੁਸੀਂ ਮੈਨੂੰ ਦੱਸੋ ਮੈਂ ਲੈ ਜੂਗਾ ਪਿੰਡ ਕਿੱਥੇ ਆ ਦੇਸ ਕੀ ਬਣਾਏ ਹੁੰਦੇ ਸਾਰੇ ਕੰਮ ਕਰਨ ਵਾਲੇ ਆ ਜਾਂਦੇ ਥੇ ਉਹ ਬਟਾਲਾ ਤੁਹਾਡਾ ਸ਼ਹਿਰ ਬਟਾਲਾ ਬਟਾਲਾ ਉਹ ਬਹੁਤ ਵੱਡਾ ਸ਼ਹਿਰ ਹੋਣਾ ਬਟਾਲੇ ਤੋਂ ਸਾਨੂੰ ਸਾਡਾ ਘਰ ਲੱਗੇ ਹੀ ਤੁਹਾਡਾ ਘਰ ਹੋਰ ਸ਼ਹਿਰ ਆ ਹੋਰ ਸ਼ਹਿਰ ਛੋਟਾ ਸ਼ਹਿਰ ਨਹੀਂ ਉਹ ਟਾਊਨ ਨਾ ਜਿਹੜਾ ਬਟਾਲਾ ਉਹ ਜੇ ਤਾਂ ਉਹਨਾਂ ਦੱਸ ਦਿੱਤਾ ਪੈਸਾ ਇੱਥੇ ਆ ਵਰਕਰਸ ਉਹ ਫਿਰ ਲੈ ਜਾਂਦੇ ਉੱਥੋਂ ਲੈ ਜਾਂਦੇ ਬਥੇਰੇ ਕਿਤੇ ਕੰਮ ਪਾਈ ਹੁਣ ਤਾਂ ਅਸੀਂ ਤਾਂ ਇੱਥੇ ਹੀ ਆ ਜਾਂਦੇ ਹਾਂ ਖੱਡਾ ਦੀ ਉੱਥੇ ਜਾਈਦਾ ਹੁਣ ਤੁਸੀਂ ਮਲੇਸ਼ੀਆ ਰਹਿੰਦੇ ਤੁਸੀਂ ਇੰਡੀਆ ਨਹੀਂ ਤੁਸੀਂ ਤਾਂ ਹੁਣ ਮਲੇਸ਼ੀਆ ਰਹਿੰਦੇ ਇੰਡੀਆ ਨਹੀਂ ਰਹਿੰਦੇ ਉਹ ਵੀ ਮਲੇਸ਼ੀਆ ਦੇ ਵਿੱਚ ਹੀ ਆ ਜਾਂਦਾ ਨਾ ਕਿਤੇ ਮਲੇਸ਼ੀਆ ਦੇ ਵਿੱਚ ਆ ਜਾਂਦਾ ਉਹ ਮਲੇਸ਼ੀਆ ਜਿਹੜਾ ਮਿਲਿਆ ਮਲਾਇਆ ਹਾਂ ਉਹ ਸਾਰਾ ਹੀ ਉਹਦੇ ਵਿੱਚ ਹੀ ਹੈ ਨਹੀਂ ਨਹੀਂ ਇੰਡੀਆ ਤਾਂ ਇੰਡੀਆ ਮਲਾਇਆ ਤਾਂ ਮਲਾਇਆ ਨਹੀਂ 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 ਸਾਡੀ ਉਮਰ ਬਟਾਲਾ ਮੈਂ ਗਿਆ ਸੀ ਕਿੰਨੇ ਸਾਲ ਹੋ ਗਏ ਮੈਂ ਗਿਆ ਉੱਥੇ ਬਹੁਤ ਸ਼ਹਿਰ ਤਾਂ ਬਹੁਤਾ ਸਾਫ ਨਹੀਂ ਹੈ ਬਹੁਤ ਗੰਦਾ ਸ਼ਹਿਰ ਬਹੁਤ ਗੰਦਾ ਸ਼ਹਿਰ ਆ ਪਿੰਡ ਤਾਂ ਚੰਗਾ ਸੀ ਸ਼ਹਿਰ ਤਾਂ ਬਹੁਤ ਗੰਦਾ ਸੀ ਸ਼ਹਿਰ ਨਾਲ ਹੀ ਆ ਲੱਗ
ਪਰ ਬਹੁਤ ਗੰਦਾ ਬੋਆਂ ਦੀ ਤੁਹਾਡਾ ਆਪਣਾ ਬਿਜ਼ਨਸ ਉੱਤੇ ਆ ਤੁਹਾਡਾ ਆਪਣਾ ਘਰ ਕਿੱਥੇ ਆ ਸਾਡਾ ਘਰ ਵੀ ਉੱਥੇ ਹੀ ਆ ਰੰਗੀਰਪੁਰਾ ਰੰਗੀਰਪੁਰ ਤੋਂ ਥੋੜ੍ਹਾ ਜਿਹਾ ਹਟਵਾ ਉੱਥੇ ਘਰ ਆ ਤੁਹਾਡਾ ਤੁਹਾਡਾ ਕਿਹੜਾ ਬਿਜ਼ਨਸ ਸੀ ਉੱਥੇ ਕਿਹੜਾ ਬਿਜ਼ਨਸ ਸੀ ਇਹੋ ਹੀ ਆ ਜਿਹੜੀਆਂ ਲੱਕੜਾਂ ਦਾ ਕੰਮ ਸੀ ਉੱਥੇ ਰੰਗੀਰਪੁਰ ਦੇ ਬਣਾਉਂਦੇ ਸੀ ਨੀ ਰੰਗੀਰਪੁਰ ਸਾਡਾ ਰੰਗੀਰਪੁਰ ਪਿੰਡ ਘੱਟ ਤੋਂ ਘੱਟ ਮੇਰੇ ਖਿਆਲ ਚ ਨੋਟ ਵੈਰੀ ਫਾਰ ਫਿਰ ਆ ਜਾਂਦਾ ਟਾਊਨ ਬਟਾਲਾ ਹਾਂ ਟਾਊਨ ਉੱਥੇ ਹੁੰਦੇ ਸਾਰੇ ਕਿੰਨੇ ਕੰਮ ਕਰਨ ਵਾਲੇ ਬੰਦੇ ਸੀ ਕਿੰਨੇ ਬੰਦੇ ਸੀ ਕੰਮ ਕਰਨ ਵਾਲੇ ਕਾਫੀ ਹੁੰਦੇ ਆ ਵੀਹ ਤੀਹ ਮੈਂ ਇੰਨਾ ਗਿਣਿਆ ਨਹੀਂ ਕਿਉਂਕਿ ਮੈਂ ਬਹੁਤਾ ਚਿਰ ਨਹੀਂ ਉੱਥੇ ਠਹਿਰਿਆ ਕਿਉਂ ਤੁਸੀਂ ਕਿਤੇ ਗਏ ਸੀ ਅਸੀਂ ਇੱਥੇ ਆ ਗਏ ਮਲੇਸ਼ੀਆ ਆ ਗਏ ਸੀ ਹਾਂ ਮਲੇਸ਼ੀਆ ਕਿੱਦੋਂ ਆਏ ਸੀ ਇੱਥੇ ਮਲੇਸ਼ੀਆ ਕਿੱਦੋਂ ਆਏ ਸੀ ਇੱਥੇ ਕਿਹੜੇ ਸਾਲ ਦੇ ਵਿੱਚ ਸੀ ਤਾਂ ਇੱਥੇ ਬਿਜ਼ਨਸ ਇੱਥੇ ਖੋਲਿਆ ਸੀ ਜਿਹੜਾ ਹੈਗਾ ਬਟਾਲਾ ਸਾਰਾ ਕੁਛ ਉੱਥੇ ਮਿਲ ਜਾਂਦਾ ਸੀ ਤੇ ਇੱਥੇ ਮਲੇਸ਼ੀਆ ਆ ਕੇ ਕਿਹੜਾ ਬਿਜ਼ਨਸ ਖੋਲਿਆ ਸੀ ਇੱਥੇ ਮਲੇਸ਼ੀਆ ਆਏ ਸੀ ਨੀ ਤੁਸੀਂ ਇੱਥੇ ਮਲੇਸ਼ੀਆ ਆਏ ਕਿਹੜਾ ਬਿਜ਼ਨਸ ਖੋਲਿਆ ਸੀ ਸਾਡਾ ਪੇਰੈਂਟਸ ਨੇ ਚਾਲੂ ਕੀਤਾ ਕਿਹੜਾ ਬਿਜ਼ਨਸ ਉਹਨਾਂ ਨੇ ਸ਼ੁਰੂ ਕੀਤਾ ਸੀ ਤਾਂ ਇੰਡੀਆ ਕੌਣ ਕੌਣ ਆਇਆ ਸੀ ਇੱਥੇ ਇੰਡੀਅਨ ਇੰਡੀਆ ਕੌਣ ਕੌਣ ਆਏ ਸੀ ਇੱਥੇ ਸਾਡੇ ਪਿੰਡ ਦੇ ਬਥੇਰੇ ਹੁੰਦੇ ਆ ਇੱਥੇ ਸਾਡੇ ਪਿੰਡ ਦੇ ਉਹ ਜਿਹੜੇ ਬਹੁਤੇ ਕੰਮ ਕਰਨ ਵਾਲੇ ਹੀ ਆ ਤੁਸੀਂ ਤਾਂ ਹੁਣ ਕਿੰਨੇ ਸਾਲ ਹੋ ਗਏ ਤੁਸੀਂ ਕੰਮ ਕੀਤਾ ਕਿੰਨੇ ਸਾਲ ਹੋ ਗਏ ਕੰਮ ਕੀਤਾ ਤੁਸੀਂ ਪੰਜਾਹ ਇਅਰਸ ਹੋ ਗਏ ਫਿਫਟੀ ਸਿਕਸ ਤਾਂ ਹੁਣ ਰਿਟਾਇਰਡ ਹੋ ਗਏ ਹਾਂ ਉਹ ਬਟਾਲਾ ਇੰਡੀਆ ਸੀ ਉਹ ਬਟਾਲਾ ਇੰਡੀਆ ਸੀ ਹੁਣ ਅਸੀਂ ਮਲੇਸ਼ੀਆ ਦੀ ਗੱਲ ਕਰਦੇ ਹਾਂ ਬਟਾਲੇ ਦੇ ਸੀ ਨਾ ਨਹੀਂ ਨਹੀਂ ਉਹ ਬਟਾਲਾ ਤਾਂ ਇੰਡੀਆ ਸੀ ਤੁਸੀਂ ਉਹਨੇ ਤੁਸੀਂ ਮਲੇਸ਼ੀਆ ਆਏ ਹੁਣ ਮਲੇਸ਼ੀਆ ਦੀ ਗੱਲ ਕਰੋ ਮਲੇਸ਼ੀਆ ਤਾਂ ਇੱਥੇ ਆ ਮਲਾਇਆ ਇੱਥੇ ਆ ਇੱਥੇ ਦੀ ਹੁਣ ਇੱਥੇ ਦੀ ਗੱਲ ਕਰੋ ਤੁਸੀਂ ਇੱਥੇ ਦੀ ਬੰਦ ਕਰਤਾ ਬਿਜ਼ਨਸ ਫਿਰ ਉਹ ਤੋਂ ਬਾਅਦ ਜਿਹੜੀ ਦੁਕਾਨ ਬੰਦ ਕੀਤੀ ਸੀ ਉੱਥੇ ਹੁਣ ਘਰ ਸ਼ੁਰੂ ਕਰ ਲਿਆ ਬਿਜ਼ਨਸ ਨਹੀਂ ਉਹ ਕਿਸੇ ਨੂੰ
ਆਪਣਾ ਪਿੰਡ ਪਿੰਡ ਆਪਣਾ ਸਾਡਾ ਜਿਹੜਾ ਪਿੰਡ ਸੀ ਹੁਣ ਫਿਰ ਤੁਸੀਂ ਬਟਾਲੇ ਦੀ ਗੱਲ ਕਰਦੇ ਹੋ ਬਟਾਲਾ ਉਹ ਨਾਲ ਪਿੰਡ ਪਿੰਡ ਸਾਡਾ ਨਾਲ ਹੀ ਆ ਉਹ ਮਲੇਰੀਆ ਦੀ ਗੱਲ ਬਟਾਲਾ ਹੈਗਾ ਵਾ ਟਾਊਨ ਦਾ ਤੇ ਥੋੜਾ ਜਿਹਾ ਦਿਗਾਂ ਜਾ ਕੇ ਤੇ ਸਾਰਾ ਪਿੰਡ ਆ ਜਾਂਦਾ ਰੰਗੀਰਪੁਰ ਸੀ ਹਾਂ ਰੰਗੀਰਪੁਰ ਪਿੰਡ ਉਹ ਆਪ ਤੁਹਾਡਾ ਆਪਣਾ ਸ਼ਹਿਰ ਸੀ ਸਾਡਾ ਹੀ ਸਭ ਲਾ ਕੇ ਅਸੀਂ ਉੱਥੇ ਬਹੁਤਾ ਕੰਮ ਕਰਦੇ ਬਸ ਤੁਸੀਂ ਉੱਥੇ ਛੱਡ ਕੇ ਤਾਂ ਮਲੇਸ਼ੀਆ ਆਏ ਸੀ ਨੀ ਉਹ ਸਾਡਾ ਪਿਓ ਆ ਗਿਆ ਨਾ ਇੱਥੇ ਪਹਿਲੋਂ ਪਿਓ ਆਇਆ ਸੀ ਨਾ ਉਹ ਆ ਗਏ ਉਹਨਾਂ ਨੇ ਫਿਰ ਸਾਨੂੰ ਸੱਦ ਲਿਆ ਤੇ ਤੁਸੀਂ ਆ ਗਏ ਤਾਂ ਕੌਣ ਕੌਣ ਗਏ ਸੀ ਇੱਥੋਂ ਉੱਥੋਂ ਕੌਣ ਕੌਣ ਗਏ ਸੀ ਇੱਥੇ ਕੌਣ ਕੌਣ ਆਏ ਸੀ ਇੱਥੇ 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 ਚਾਰ ਪੰਜ ਜਣੇ ਸੀ ਬਹੁਤੇ ਨੇ ਉੱਥੇ ਬਟਾਲੇ ਬਥੇਰੇ ਸੀ ਕੰਮ ਕਰਨ ਵਾਲੇ ਬਟਾਲੇ ਦੇ ਵਿੱਚ ਕੰਮ ਬਹੁਤ ਕਰਦੇ ਸੀ ਉਹਨੇ ਕਿੱਥੇ ਚੰਗਾ ਮਲੇਸ਼ੀਆ ਚੰਗਾ ਔਰ ਇੰਡੀਆ ਚੰਗਾ ਸਾਡੇ ਵਾਸਤੇ ਤੇ ਬਹੁਤ ਹੀ ਚੰਗਾ ਹੈ ਇੰਡੀਆ ਹੀ ਚੰਗਾ ਹੈ ਇੰਡੀਆ ਤੇ ਜਾਣਾ ਨਹੀਂ ਤੁਸੀਂ ਵਾਪਸ ਇੰਡੀਆ ਨੂੰ ਕਿਤਨਾ ਜਾ ਸਕਦੇ ਹਾਂ ਸਾਰੀ ਫੈਮਿਲੀ ਤੇ ਇੱਥੇ ਲੈ ਹੁਣ ਕਈ ਤਾਂ ਉੱਥੇ ਤੁਹਾਡੇ ਦੋਸਤ ਉੱਥੇ ਕੋਈ ਹੋਣੇ ਉੱਥੇ ਹੈ ਨਹੀਂ ਉੱਥੇ ਕੋਈ ਬਣ ਗਏ ਅਸੀਂ ਤੁਸੀਂ ਇੱਥੇ ਬਣ ਗਏ ਹੈਗਾ ਸੀ ਨਾ ਟਾਊਨ ਦੇ ਲਾਗੇ ਉੱਥੇ ਕਾਫੀ ਮਾਲ ਆ ਜਾਂਦਾ ਸੀ ਬਟਾਲਾ ਮੈਂ ਕਿਹਾ ਸਾਰੇ ਤੋਂ ਸਾਰਾ ਤਾਂ ਮਲੇਸ਼ੀਆ ਦਾ ਸਾਰਾ ਤਾਂ ਮਲੇਸ਼ੀਆ ਸਾਰਾ ਤੋਂ ਸਾਰਾ ਮਲੇਸ਼ੀਆ ਬੈਸ ਆ ਮਲੇਸ਼ੀਆ ਸਾਰਾ ਤੋਂ ਸਾਰਾ ਚੰਗਾ ਥਾਂ ਇੱਥੇ ਰਹਿਣ ਵਾਸਤੇ ਨਹੀਂ ਚੰਗਾ ਸੀ ਪਰ ਉੱਥੇ ਜਦੋਂ ਅਸੀਂ ਸਾਡਾ ਪੇਰੈਂਟਸ ਇੱਥੇ ਆ ਗਏ ਮਲੇਸ਼ੀਆ ਦੇ ਵਿੱਚ ਇਹਨਾਂ ਨੇ ਇੱਥੇ ਚਾਲੂ ਕਰਤਾ ਤੇ ਫਿਰ ਉਹ ਉੱਥੇ ਨਹੀਂ ਗਏ ਸ਼ਹਿਰ ਬਟਾਲਾ ਉੱਥੇ ਸੀ ਨਾ ਇਹਨਾਂ ਦੀ ਕੰਪਨੀ ਉੱਥੇ ਜੇ ਕੰਮ ਕਰਦੇ ਸੀ ਅਸੀਂ ਛੱਡ ਕੇ ਉੱਥੇ ਇੱਥੇ ਆ ਗਏ ਜੀਨਾ ਯਹਾਂ ਮਰਨਾ ਯਹਾਂ ਇਸਕੇ ਸਿਵਾ ਜਾਣਾ ਕਹਾਂ ਜੀਨਾ ਯਹਾਂ ਮਰਨਾ ਯਹਾਂ ਇਸਕੇ ਸਿਵਾ ਜਾਣਾ ਕਹਾਂ ਜੀ ਚਾਹੇ ਜਬ ਹਮਕੋ ਆਵਾਜ਼ ਦੋ ਹਮ ਹੈ ਵਹੀ ਹਮ ਹੈ ਜਹਾਂ ਆਪਣੇ ਯਹੀ ਦੋਨੋਂ ਜਹਾਂ ਇਸਕੇ ਸਿਵਾ ਜਾਣਾ ਸੋਹਣ
स्वर्ग यही नर्क यहाँ।